ਬਾਜੀ ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਤੁਹਾਡਾ ਜੀ। ਤੁਹਾਡਾ ਵੀਰ ਜੀ ਬਹੁਤ ਬਹੁਤ ਜੀ। ਵਪਾਰ ਕਰਦੇ ਬਾਈ ਜੀ? ਹਾਂਜੀ ਹਾਂਜੀ, ਵਪਾਰ ਦਾ ਕੰਮ ਵੀਰੇ। ਕਿੰਨਾ ਟਾਈਮ ਹੋ ਗਿਆ ਕਰਦੇ ਨੂੰ? ਆਪਾਂ ਨੂੰ ਵੀਰ ਕਾਫੀ ਟਾਈਮ ਹੋ ਗਿਆ। ਅੱਛਾ ਠੀਕ, ਹਾਂਜੀ ਮਈਆਂ ਗਈਆਂ ਤੋਂ ਮੱਝਾਂ ਕੰਮ ਤੋਂ ਉਧਰੋਂ ਜਾਣੇ ਕਿ ਬਸ ਲੋਕਲ ਜੀ? ਨਹੀਂ ਲਈਦਾ ਲੋਕਲ ਵੀਰ, ਝੂਠ ਦੀ ਮਾਰ। ਅੱਛਾ ਲੋਕਲ, ਹਾਂਜੀ ਇਹ ਆਪ ਚਲੋ ਜਿਸ ਤਰ੍ਹਾਂ ਡੰਗਰ ਇਧਰੋਂ ਮਿਲ ਗਿਆ ਉਧਰੋਂ ਆਇਆ ਕਿਸ ਤੋਂ ਜਾਂ ਉਧਰੋਂ ਆਪਾਂ। ਹਾਂਜੀ ਹਾਂਜੀ ਬਿਲਕੁਲ ਬਿਲਕੁਲ, ਹਾਂਜੀ ਜਾਂ ਮੰਡੀਓਂ ਲੈ ਲਿਆ ਉਧਰ। ਚਲੋ ਚਲੋ, ਹਾਂਜੀ ਅੱਜ ਫਿਰ ਵੀਰ ਜੀ ਕਿੰਨੀਆਂ? ਅੱਜ ਵੀਰ ਜੀ ਦੋ ਕਾਵਾਂ ਵਾ। ਹਾਂਜੀ ਇੱਕ ਦਾ ਬੱਚਾ ਨਹੀਂ ਹੈਗਾ। ਹਾਂਜੀ ਟੋਕੜ ਲਾ ਲਓ, ਇਹ ਵੀ ਕਾਂ ਸੱਜਰ ਸੂਈ ਆ, ਝੋਟੀ ਆ ਤੇ ਇੱਕ ਮਹੀਨਾ ਦਸ ਦਿਨਾਂ ਦੀ ਟੋਕੜ ਕੱਢਣੇ ਆ। ਅੱਛਾ ਇਹ, ਹਾਂਜੀ ਚੈੱਕ ਮਤਲਬ ਕਿ ਲਾ ਮਹੀਨਾ ਸੀ। ਠੀਕ ਆ, ਹਾਂਜੀ ਮਤਲਬ ਚੈੱਕ ਕਰਾ ਲਈ ਇੱਕ ਮਹੀਨਾ ਚੈੱਕ ਕਰਾਈ। ਠੀਕ ਆ, ਇੱਕ ਮਹੀਨਾ ਦਸ ਦਿਨ ਦੀ ਦੋ ਡਾਕਟਰਾਂ ਚੈੱਕ ਕਰਾਈ ਆ। ਅੱਛਾ ਹਾਂਜੀ, ਤੇ ਬਾਕੀ ਦੂਸਰਾ ਟੋਕੜ ਕੱਢਣੇ ਮੰਨੀ ਮੱਝ ਹਣੀ। ਹਾਂਜੀ ਹਾਂਜੀ, 4 ਕਿਲੋ ਦੁੱਧ ਆ ਮੂੰਹ ਤੋਂ 6 ਦਾ ਖੋਲੋ ਫਿਰ। ਲਓ ਜੀ 9 ਕਿਲੋ ਦੁੱਧ ਆ, 1 ਮਹੀਨਾ 10 ਦਿਨ ਦੀ ਚੈੱਕ ਪਾਸ ਆ, ਬਾਕੀ ਯਾਰ ਚੈੱਕ ਕਰਾ ਕੇ ਲੈ ਕੇ ਜਾਇਆ ਜੀ। ਹਾਂਜੀ ਲਓ ਜੀ ਬਿਲਕੁਲ, ਹਾਂਜੀ ਸੋਹਣੀ ਝੋਟੀ ਆ ਤੇ 9 ਕਿਲੋ ਤਾਂ ਹੈਗਾ ਨਾ ਜੀ, ਬੱਚਾ ਹੈ ਨਹੀਂ ਜੀ? ਹਾਂਜੀ ਆ ਬੱਚਾ। ਅੱਛਾ ਠੀਕ ਹੈ, ਹੈਗਾ ਹਾਂਜੀ ਬੱਚਾ ਵੀ ਹੈਗਾ। ਸੋਹਣੀ ਝੋਟੀ ਆ ਵੱਡੀ ਆ, ਕੱਟਾ ਜੀ? ਹਾਂਜੀ ਕੱਟਾ। ਆ ਜੀ 6 ਦੰਦ ਮੂੰਹ ਤੋਂ। ਬਸ ਠੀਕ ਹੈ ਜੀ, ਨਹੀਂ ਬਹੁਤ ਸੋਹਣੀ ਝੋਟੀ ਆ। ਬੰਦ ਬੰਦ ਜਲਦੀ ਦਿਖਾ ਦਈਏ ਆਪਾਂ, ਦਿਖਾ ਦਿਓ ਖਾਣ ਦੇ। ਰਸਾ ਖੋਲੋ ਨਹੀਂ ਮੈਂ ਨਹੀਂ। ਹਾਂ ਕਨਾਰੀ ਤੋਂ ਸਾਈਡ ਵਾਲੀ ਤੋਂ ਦੇਖੇ ਨਹੀਂ ਤੇ ਰਸਾ ਖੋਲੋ, ਰਸਾ ਖੋਲੋ। ਠੀਕ ਆ ਚਲੋ ਬੰਦ। ਹਾਂਜੀ ਬੋਲੋ ਜੀ ਫਰਵੀਰ ਜੀ। ਮੁੱਲ ਵੀਰ 85। ਹਾਂਜੀ 3 ਛੱਡ ਦਾਂ 82,000 ਦੇ, ਬਾਕੀ ਤੁਸੀਂ ਦੱਸ। ਨਹੀਂ ਆਪ ਕਰ ਦਿਓ ਮਾਨ ਦਾ। ਨਹੀਂ ਨਹੀਂ ਤੁਹਾਡਾ ਮਾਨ ਤੁਹਾਨੂੰ ਵੇਖੋ, ਇਹ ਨਹੀਂ ਕੋਈ ਗੱਲ, ਤੁਸੀਂ ਰੋਜ਼ ਯਾਨੀ ਕਿ ਦੁਨੀਆ 'ਚ ਵਿਚਰਦੇ ਜੇ, ਤੁਹਾਨੂੰ ਪਤਾ ਕਿਹੜਾ ਡੰਗਰ ਕਿੰਨੇ ਦਾ ਵਿਕਣਾ। ਦੇਖੋ ਆਪਣੇ ਇੱਧਰ ਲਿਉਂਦੀ ਤਾਂ ਆਪਾਂ ਨੂੰ ਪਤਾ 60-65 ਦੀ ਹੈਗੀ। ਹਾਂਜੀ ਹਾਂਜੀ ਹਾਂਜੀ, ਇਹ ਹੁਣ ਤੁਹਾਨੂੰ ਪਤਾ ਉੱਧਰ ਦਾ ਇੱਧਰ ਦਾ ਫਰਕ ਆ। ਛੱਡ ਦਿਓ ਜਿਵੇਂ ਆਪ ਆਪ ਹੀ ਕਹਿ ਦਿਓ, ਇੱਕੋ ਹੀ ਗੱਲ ਹੈ ਕਿ ਛੋੜੀ ਹੋਣੀ ਬਸ 80,000। ਚਲੋ ਠੀਕ, ਜਾਣ ਦਿਓ। ਠੀਕ ਹੈ ਠੀਕ ਹੈ, ਆ ਜਾਓ। ਆਹਾ ਜੀ ਇਹ ਜੀ ਦੂਜਾ ਸੂਆ ਜੇ। ਹਾਂਜੀ ਤੇ ਮੂੰਹ ਜਵਾਨ ਹੈ, ਜਵਾਨ ਗੱਪੜੇ ਜੀ? ਨਹੀਂ ਨਹੀਂ ਸੂਈ ਵੀਰੇ, ਆ ਬੱਚੀ ਇਹਦੀ ਆ ਗਈ। ਆ ਬੱਚੀ ਆ ਗਈ ਨਾ, 5-6 ਦੇਣੇ ਆ। ਦੁੱਧ ਕਿੰਨਾ ਜੀ? 14 ਕਿਲੋ ਦੁੱਧ ਹੈ ਇਸ ਟਾਈਮ। 14 ਕਿਲੋ, ਇਹ ਵੀ ਖੋਲੋ। ਹਾਂਜੀ ਲਓ ਜੀ 14 ਕਿਲੋ ਦੁੱਧ ਆ, ਤੇ ਦੇਖੋ ਸੋਹਣੀ ਬੈਠ ਆ, ਚੈੱਕ ਕਰੋ ਜੀ ਆ ਦੇਖੋ ਬੱਚੀ ਮਗਰ ਆ ਗਈ ਆ, ਤੋਰ ਲੰਮੀ। ਹਾਂ ਠੀਕ ਆ, ਪਸ਼ੂ ਤੁਹਾਡੇ ਸਾਰੇ ਸੋਹਣੇ ਆ। ਚਲੋ ਬਾਕੀ ਹੈ ਅੱਛਾ ਠੀਕ ਆ। ਹਾਂਜੀ ਹਾਂਜੀ, ਫਿਰ ਉਦਣ ਮੱਝਾਂ ਵੇਖ ਗਈਆਂ ਤੁਹਾਡੇ ਨਾਲ ਸ਼ਾਇਦ ਰਾਤ ਗੱਲ ਹੋਈ। ਹਾਂਜੀ ਹਾਂਜੀ ਬਿਲਕੁਲ ਜੀ। ਹਾਂਜੀ ਆਹ ਵੱਛੀ, ਅੱਛਾ ਆਹ ਵੱਛੀ ਹੈ ਨਾ? ਹਾਂਜੀ ਚਲੋ ਬੰਦ ਬੰਦ। ਆ ਵੀ ਆਪਣਾ ਹੀ ਸਾਊਂਡ ਸੀਗਾ। ਹਾਂਜੀ ਹਾਂਜੀ ਬਹੁਤ ਹੀ ਬਣਾਇਆ ਨਾ, ਬਣ ਰਿਹਾ ਸੀ ਉਹ। ਹਾਂਜੀ ਨਹੀਂ ਸੋਹਣਾ ਬਣ ਗਿਆ ਠੀਕ ਆ। ਹਾਂਜੀ ਵੀਰ ਜੀ, ਫਿਰ ਇਹਦੀ ਕੀਮਤ? ਇਹਦੀ ਵੀਰ ਜੀ ਜਿਹੜਾ ਲੈਣ ਦੇਣੇ ਆ, ਹਾਂਜੀ 58। ਹਾਂਜੀ 3 ਛੱਡ ਕੇ ਜੈਸ ਨੂੰ 55। ਚਲੋ ਠੀਕ ਆ ਤੇ ਆਹ ਜੀ ਇਹ ਵੀਰ 1.5-2 ਮਹੀਨੇ ਸੂਈ ਬੱਚਾ ਨਹੀਂ ਹੈਗਾ, ਟੋਕਣਾ ਜੀ ਮੰਨੋ, ਟੋਕਣਾ ਮੰਨੀ ਠੀਕ ਆ। ਤੇ ਦੁੱਧ ਇਹਦਾ 8 ਕਿਲੋ, ਜੇ ਹੋਵੇ 10 8 ਲੱਗ ਜਾਵੇ 8 ਕਿਲੋ ਪੱਕਾ, ਭਾਵੇਂ ਕੋਈ ਗਾਰੰਟੀ ਦਾ ਮੰਗਾ ਸਕਦਾ ਵੀ। ਉਹ ਰਸਾ ਬੰਨ ਲੋੜ ਆ? ਹਾਂਜੀ ਹਾਂਜੀ, ਵੰਗਾ ਲਾਈਦਾ, ਵੰਗਾ ਲਾਈ, ਵੰਗਾ ਲਾ ਕੇ ਕੋਈ ਭਾੜਾ ਨਹੀਂ ਪਾਉਣ ਦੀ ਲੋੜ, ਠੀਕ ਹੈ, ਵੰਗਾ ਲਾ ਕੇ ਥੱਲੇ ਤੋਰ ਤੋਰ ਨੂੰ ਵੀ ਲੋ ਜੀ 8 ਕਿਲੋ ਆ ਤੇ ਟੋਕੜੀ ਮੰਨੋ ਬਸ। ਹਾਂਜੀ ਆ ਜੀ
ਰਾਠੀ ਜੀ ਆ ਗਏ ਨਾ ਜੀ। ਹਾਂਜੀ ਹਾਂਜੀ। ਚੁਆਈ ਚੂ ਵਧੀਆ ਚੁਆਈ ਵੀਰ, ਮੋਟੀ ਧਾਰ, ਫੈਟ ਵੀ 6 ਦੇ ਉੱਤੇ ਇਹਦੀ। ਹਾਂ ਉਹ ਹੋਣੀ ਹੈ ਜੀ। ਹਾਂਜੀ ਹਾਂਜੀ। ਨਸਲ ਹੀ ਬਸ ਤੁਹਾਨੂੰ ਪਤਾ। ਚਲੋ ਬਸ ਨਹੀਂ ਜੀ। ਦੇਖੋ ਜੀ ਤਿੰਨ ਪਸ਼ੂ ਵੀਰਾਂ ਕੋਲ ਜੀ, ਪਰ ਮੇਰਾ ਵੀਰ ਪਸ਼ੂ ਸੋਹਣੇ ਆ, ਚੈੱਕ ਕਰਕੇ ਲੈ ਕੇ ਜਾਇਆ ਜੀ, ਚੁਆਈ ਜ਼ਰੂਰ ਕਰੇ ਜਾਣਾ ਭਾਜੀ। ਹਾਂਜੀ ਹਾਂਜੀ, ਦੋ ਟਾਈਮ ਚੁਆਈ ਕਰੋ, ਚਾਰ ਟਾਈਮ ਕਰੋ। ਨਹੀਂ ਨਹੀਂ ਠੀਕ ਹੈ ਜੀ, ਤਹਿਸੀਲ ਡਿਸਟ੍ਰਿਕਟ ਤਰਨਤਾਰਨ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।